ਕਿਸਾਨ ਭਰਾਵੋ, ਅੱਜ ਆਪਾਂ ਗੱਲ ਕਰਾਂਗੇ PAU ਗ੍ਰੀਨ ਪੀ ਥ੍ਰੈਸ਼ਰ ਦੀ। ਇਸ ਮਸ਼ੀਨ ਦੇ ਨਾਲ ਹਰੇ ਜਿਹੜੇ ਮਟਰ ਉਹਨਾਂ ਨੂੰ ਕੱਢਿਆ ਜਾ ਸਕਦਾ ਹੈ। ਆਮ ਤੌਰ 'ਤੇ ਸੁਕਾਵੇਂ ਮਟਰ ਕੰਬਾਈਨ ਦੇ ਨਾਲ ਕੱਢੇ ਜਾਂਦੇ ਹਨ, ਪਰ ਹਰੇ ਜਿਹੜੇ ਮਟਰ ਨੇ ਉਹਨਾਂ ਨੂੰ ਕੱਢਣ ਦੇ ਲਈ ਕੋਈ ਵੀ ਜਿਹੜਾ ਸੰਦ ਹੈ ਉਹ ਉਪਲਬਧ ਨਹੀਂ ਹੈ। ਇਸ ਲਈ ਯੂਨੀਵਰਸਿਟੀ ਵੱਲੋਂ ਇਸ ਮਸ਼ੀਨ ਨੂੰ ਵਿਕਸਿਤ ਕੀਤਾ ਗਿਆ ਹੈ। ਇਹ ਜਿਹੜੀ ਮਸ਼ੀਨ ਹੈ ਕਿਸੇ ਵੀ 60 ਪੈਂਟ ਹਾਰਸ ਪਾਵਰ ਟਰੈਕਟਰ ਨਾਲ ਚਲਾਈ ਜਾ ਸਕਦੀ ਹੈ, ਅਤੇ ਇਹ ਜਿਹੜੀ ਇੱਕ ਮਸ਼ੀਨ ਹੈ ਇਹ ਹਾਈਡਰੋਲਿਕ ਮੋਟਰਾਂ ਦੇ ਨਾਲ ਚੱਲਦੀ ਹੈ, ਭਾਵ ਇਸ ਦੇ ਵਿੱਚ ਕੋਈ ਵੀ ਜਿਹੜਾ ਬੈਲਟਾਂ ਵਗੈਰਾ ਜਿਹੜਾ ਸਿਸਟਮ ਹੈ ਉਹ ਨਹੀਂ ਹੈ। ਇਹ ਮਸ਼ੀਨ ਦੀ ਖਾਸ ਗੱਲ ਇਸਦਾ ਇੱਕ ਵੱਡਾ ਥ੍ਰੈਸ਼ਰ ਹੈ ਜੋ ਕਿ 2 ਮੀਟਰ ਜਿਸਦਾ ਘੇਰਾ ਹੈ ਅਤੇ 5 ਜਿਹੜਾ ਮੀਟਰ ਉਹ ਲੰਬਾ ਹੈ। ਇਹ ਜਿਹੜਾ ਥ੍ਰੈਸ਼ਰ ਹੈ ਇਹ ਜਾਲੀਨੁਮਾ ਹੈ ਜੋ ਕਿ ਜਿਸਦਾ ਕਿ ਜਿਹੜਾ ਡਰੰਮ ਹੈ ਉਹ ਵੀ ਘੁੰਮਦਾ ਹੈ, ਅਤੇ ਇਸ ਡਰੰਮ ਦੇ ਹੇਠਾਂ 3 ਜਿਹੜੇ ਕਨਵੇਅਰ ਨੇ ਲੱਗੇ ਹੋਏ ਹਨ। 2 ਜਿਹੜੇ ਕਨਵੇਅਰ ਨੇ ਉਹ ਖੇਡੇ ਹਨ ਅਤੇ 1 ਜਿਹੜਾ ਕਨਵੇਅਰ ਹੈ ਉਹ ਮਟਰਾਂ ਨੂੰ ਗ੍ਰੇਨ ਟੈਂਕ ਦੇ ਵਿੱਚ ਲੈ ਕੇ ਜਾਣ ਵਾਸਤੇ ਲੱਗਿਆ ਹੋਇਆ ਹੈ। ਜਦੋਂ ਥ੍ਰੈਸ਼ਰ ਘੁੰਮਦਾ ਹੈ, ਇਸਦਾ ਜਿਹੜਾ ਜਾਲੀਨੁਮਾ ਜਿਹੜਾ ਡਰੰਮ ਹੈ ਉਹ ਘੁੰਮਦਾ ਹੈ, ਤਾਂ ਇਸ ਦੇ ਵਿੱਚੋਂ ਮਟਰ ਅਤੇ ਮਟਰਾਂ ਦੇ ਜਿਹੜੇ ਪੱਤੇ ਨੇ ਉਹ ਇਸ ਜਿਹੜੇ ਖੇਡੇ ਜਿਹੜੇ ਕਨਵੇਅਰ ਨੇ ਇਹਨਾਂ ਦੇ ਉੱਪਰ ਡਿੱਗਦੇ ਹਨ। ਮਟਰ ਗੋਲ ਹੋਣ ਕਾਰਨ ਹੇਠਾਂ ਰੁੜ ਜਾਂਦੇ ਹਨ ਅਤੇ ਪੱਤੇ ਅਤੇ ਜਿਹੜਾ ਫੂਸ ਜਾਂ ਹੋਰ ਵੀ ਜਿਹੜਾ ਮਟੀਰੀਅਲ ਹੈ ਉਹ ਕਨਵੀਅਰ ਦੇ ਨਾਲ ਘੁੰਮ ਕੇ ਬਾਹਰ ਡਿੱਗ ਜਾਂਦਾ ਹੈ। ਇਸ ਤਰ੍ਹਾਂ ਇਹ ਹਰੇ ਮਟਰਾਂ ਨੂੰ ਪੱਤਿਆਂ ਦੇ ਨਾਲੋਂ ਜਿਹੜੀ ਇਹ ਮਸ਼ੀਨ ਹੈ ਵੱਖ ਕਰਦੀ ਹੈ, ਅਤੇ ਇਹ ਜਿਹੜੇ ਸਾਰੇ ਜਿਹੜੇ ਮਟਰ ਨੇ ਵਿਚਲੇ ਵਾਲੇ ਜਿਹੜੇ ਕਨਵੀਅਰ ਦੇ ਨਾਲ ਤੁਰ ਕੇ ਗ੍ਰੇਨ ਟੈਂਕ ਦੇ ਵਿੱਚ ਇਕੱਠੇ ਹੋ ਜਾਂਦੇ ਹਨ। ਇਹ ਜਿਹੜੀ ਮਸ਼ੀਨ ਹੈ 1 ਜਿਹੜੇ ਘੰਟੇ ਦੇ ਵਿੱਚ 1 ਕੁਇੰਟਲ ਜਿਹੜੇ ਮਟਰ ਨੇ ਹਰੇ ਮਟਰ ਨੇ ਉਹ ਕੱਢਦੀ ਹੈ, ਅਤੇ ਉਸ ਤੋਂ ਬਾਅਦ ਥ੍ਰੈਸ਼ਰ ਦੇ ਅਖੀਰ ਦੇ ਵਿੱਚ ਜਿਹੜੀਆਂ ਵੇਲਾਂ ਨੇ ਜਿਹਦੇ ਵਿੱਚੋਂ ਮਟਰ ਕੱਢ ਲਏ ਗਏ ਹਨ ਉਹ ਡਰੰਮ ਦੇ ਵਿੱਚੋਂ ਹੇਠਾਂ ਡਿੱਗ ਪੈਂਦੀ ਹੈ। ਇਸ ਤਰ੍ਹਾਂ ਇਹ ਜਿਹੜੀ ਮਸ਼ੀਨ ਹੈ ਬਹੁਤ ਹੀ ਸੁਚੱਜੇ ਰੂਪ ਦੇ ਵਿੱਚ ਕੰਮ ਕਰਦੀ ਹੈ, ਅਤੇ 1 ਘੰਟੇ ਦੇ ਵਿੱਚ ਅਸੀਂ 1 ਜਿਹੜਾ ਕੁਇੰਟਲ ਮਟਰ ਹੈ ਉਹ ਇਸ ਤੋਂ ਪ੍ਰਾਪਤ ਕਰ ਸਕਦੇ ਹਾਂ। ਮਟਰਾਂ ਦੇ ਵਿੱਚ ਜਿਹੜੀ ਨਾ ਮਾਤਰ ਹੀ ਟੁੱਟ ਭੱਜ ਹੈ ਅਤੇ ਬਹੁਤ ਹੀ ਜਿਹੜੀ ਵਧੀਆ ਅਤੇ ਚੰਗੀ ਜਿਹੜੀ ਕਾਰਜਕੁਸ਼ਲਤਾ ਦੇ ਨਾਲ ਇਹ ਜਿਹੜੀ ਮਸ਼ੀਨ ਹੈ ਇਹ ਕੰਮ ਕਰ ਰਹੀ ਹੈ। ਇਸ ਮਸ਼ੀਨ ਦੇ ਬਾਬਤ ਹੋਰ ਵਧੇਰੇ ਜਾਣਕਾਰੀ ਲਈ ਕਿਸਾਨ ਭਰਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਸੰਪਰਕ ਕਰ ਸਕਦੇ ਹਨ। ਜੇ ਤੁਹਾਨੂੰ ਵੀਡੀਓ ਚੰਗਾ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਧੰਨਵਾਦ।